ਤਾਰ ਦੀ ਸਪੀਡ ਤੇ ਜਿੰਨੀ ਦੇ ਸ਼ਤਾਬਦੀ ਜਾਂਦੀ ਆ। ਯਾਰ ਇੱਕ ਹੋਰ ਨਵਾਂ ਦਿਨ ਤੇ ਇੱਕ ਹੋਰ ਨਵਾਂ ਸਫ਼ਰ। ਅੱਜ ਆ 14 ਜਨਵਰੀ, ਕਿਉਂਕਿ ਹੁਣ ਰਾਤ ਦੇ 12 ਵੱਜ ਚੁੱਕੇ ਆ ਅਤੇ ਮੈਂ ਇਸ ਟਾਈਮ ਚੰਡੀਗੜ੍ਹ ਜੰਕਸ਼ਨ 'ਤੇ, ਅਤੇ ਮੈਂ ਜਾ ਰਿਹਾ ਵਾਂ ਹਾਵੜਾ ਵਾਪਸ ਵਾਇਆ ਕਾਲਕਾ ਮੇਲ। ਬੀਬੀ ਪਤਾ ਨਹੀਂ ਕਿਉਂ ਪਾਗਲ ਹੋ ਗਈ ਹੋਈ ਆ, 2 ਘੰਟੇ ਹੋ ਗਏ ਇਹੀ ਬੋਲੀ ਜਾ ਰਹੀ ਆ, ਸਿਰ ਖਾਧਾ ਆ 2 ਘੰਟਿਆਂ ਦਾ। ਫਾਈਨਲੀ ਯਾਰ ਟ੍ਰੇਨ ਆਪਣੀ ਆ ਗਈ ਆ ਅਤੇ ਮੈਂ ਚੱਲਦਾ ਵਾਂ 2 ਨੰਬਰ ਪਲੇਟਫਾਰਮ 'ਤੇ। ਜਲਦੀ ਜਲਦੀ ਪਹੁੰਚਦੇ ਹਾਂ ਉੱਥੇ, ਕਿਉਂਕਿ ਟ੍ਰੇਨ ਮੇਰੇ ਖਿਆਲ 10-15 ਮਿੰਟ ਰੁਕਦੀ ਆ ਇੱਥੇ। ਆ ਰਿਹਾ ਮੇਰਾ ਕੋਚ S1। ਰੇਲਵੇ ਹਰ ਵਾਰ ਇੱਕ ਗਲਤੀ ਮੇਰੇ ਨਾਲ ਜ਼ਰੂਰ ਕਰਦਾ ਵਾ, ਉਹ ਗਲਤੀ ਆ ਜਦੋਂ ਵੀ ਮੈਂ ਸੀਟ ਮੰਗਦਾ ਵਾਂ ਥੱਲੇ ਵਾਲੀ ਉਦੋਂ ਮਿਲਦੀ ਆ ਉੱਪਰ ਵਾਲੀ, ਅਤੇ ਜਦੋਂ ਉੱਪਰ ਵਾਲੀ ਮੰਗਦਾ ਉਦੋਂ ਮਿਲਦੀ ਆ ਥੱਲੇ ਵਾਲੀ। ਇਹ ਰਹੀ ਮੇਰੀ ਸੀਟ, ਇਸ ਹਿਸਾਬ ਨਾਲ ਪਹਿਲਾਂ ਜ਼ਰੂਰੀ ਕੰਮ ਸੈਨੀਟਾਈਜ਼ਰ। ਫਾਈਨਲੀ ਯਾਰ ਆਪਣੀ ਟ੍ਰੇਨ ਚੱਲ ਪਈ ਆ, 1:30 ਵੱਜ ਗਿਆ ਰਾਤ ਦੇ। ਜਦੋਂ ਉੱਪਰ ਵਾਲੀ ਸੀਟ ਮੰਗੋ ਉਦੋਂ ਥੱਲੇ ਵਾਲੀ ਮਿਲਦੀ, ਜਦੋਂ ਥੱਲੇ ਵਾਲੀ ਮੰਗੋ ਉਪਰ ਵਾਲੀ ਮਹਿੰਗੀ ਮਿਲਦੀ ਆ। ਚਲੋ ਕੋਈ ਨਹੀਂ, ਹੁਣ ਇਹਦੇ 'ਤੇ ਸੌਂ ਕੇ ਜਾਣਾ ਪੈਣਾ ਵਾ, ਚਾਦਰ ਮੈਂ ਲੈ ਕੇ ਆਇਆ ਵਾਂ ਠੰਡ ਤੋਂ ਬਚਣ ਲਈ ਘਰੋਂ। ਹੁਣ ਤਾਂ ਬਹੁਤ ਟਾਈਮ ਹੋ ਗਿਆ ਵਾ, ਹਨੇਰਾ ਬਹੁਤ ਹੋ ਗਿਆ ਵਾ, ਨੀਂਦ ਵੀ ਬਹੁਤ ਆਉਂਦੀ, 2 ਵੱਜ ਚੱਲੇ ਆ। ਮੈਂ ਹੁਣ ਸੌਂਦਾ ਵਾਂ, ਮੈਂ ਤੁਹਾਨੂੰ ਮਿਲਦਾ ਵਾਂ ਸਵੇਰੇ 8 ਵਜੇ। ਨੈਕਸਟ ਮੋਰਨਿੰਗ ਵੱਜ ਰਹੇ ਆ 8:30 ਅਤੇ ਹੁਣੇ ਹੁਣੇ ਗਾਜ਼ੀਆਬਾਦ ਪਾ ਰਹੇ ਆ, ਟ੍ਰੇਨ ਚੱਲਦੀ ਹੈ 2 ਘੰਟੇ ਲੇਟ, ਅਤੇ ਬਾਹਰ ਬਹੁਤ ਜ਼ਿਆਦਾ ਧੁੰਦ ਹੋਈ ਪਈ ਆ, ਬਾਹਰ ਦੇ ਹਾਲ ਧੁੱਤੀ ਆ ਹੋਏ ਪਏ ਆ। ਰਾਤ ਯਾਰ ਇਸ ਟਾਈਮ ਚਾਦਰ 'ਚ ਬਹੁਤ ਜ਼ਿਆਦਾ ਠੰਡ ਲੱਗੀ ਮੈਨੂੰ, ਅਤੇ ਇੱਕ ਤਾਂ ਬਾਰੀ ਥਾਣੀ ਇੱਧਰੋਂ ਬਹੁਤ ਹਵਾ ਆਉਂਦੀ ਆ ਝੀਲ ਦੇ ਵਿੱਚ ਹੌਲੀ ਤੋਂ ਇੱਥੋਂ, ਇੱਕ ਇੱਧਰੋਂ ਦਰਵਾਜ਼ਾ ਬਹੁਤ ਵਾਰ ਵਾਰ ਖੁੱਲ੍ਹਦਾ ਸੀਗਾ, ਉੱਧਰੋਂ ਬਹੁਤ ਹਵਾ ਆਉਂਦੀ ਹੁੰਦੀ ਸੀਗੀ। ਮੈਂ ਰਾਤ ਦਰਵਾਜ਼ਾ ਹੀ ਬੰਦ ਕਰਨ 'ਤੇ ਰਿਹਾ ਵਾਂ ਸਾਰੀ ਰਾਤ, ਇਹ ਵੀ ਵੇਖੋ
ਚੰਡੀਗੜ੍ਹ ਤੋਂ ਬੈਠਾ ਹੋਇਆ ਮੇਰੇ ਨਾਲ, ਜੋ ਸੁੱਤਾ ਵਾ, ਇਹ ਉੱਠਿਆ ਹੀ ਨਹੀਂ ਗਾ। ਬਹੁਤ ਟਾਈਮ ਸੁੱਤਾ ਰਿਹਾ ਅਤੇ ਇਟੋਵਾ ਜੰਕਸ਼ਨ ਪਹੁੰਚ ਕੇ ਮੈਂ ਲਈ ਸੀਗੀ ਬਿਰਿਆਨੀ, ਭੁੱਖ ਬਹੁਤ ਲੱਗੀ ਹੋਈ ਸੀਗੀ, ਪਰ ਬਿਰਿਆਨੀ ਦੇ ਜਿੱਦਾਂ ਹੀ 2 ਚਮਚੇ ਲਾਏ ਮੇਰੀ ਤਬੀਅਤ ਖਰਾਬ ਹੋ ਗਈ, ਮੈਂ ਬਾਕੀ ਬਿਰਿਆਨੀ ਸੁੱਟਤੀ, ਮੈਨੂੰ ਵੋਮਿਟ ਆ ਗਈ ਸੀਗੀ, ਬਹੁਤ ਜ਼ਿਆਦਾ ਕੰਮ ਖਰਾਬ ਹੋਇਆ। ਅਤੇ ਚੰਗਾ ਹੋਇਆ ਮੈਂ ਉੱਥੋਂ ਮੈਡੀਸਿਨ ਲੈ ਕੇ ਆਇਆ ਹੋਇਆ ਸੀਗਾ ਵੋਮਿਟ ਦੀ ਅਤੇ ਸੇਤੀ ਦੀ, ਬਾਕੀ ਸੁੱਟਤੀ। ਹੁਣ ਕਾਨਪੁਰ ਆਉਣ ਵਾਲਾ ਵਾ, ਕਾਨਪੁਰ ਵੇਖਾਂਗੇ ਕਾਨਪੁਰ ਕੀ ਮਿਲਦਾ ਵਾ, ਕਿਉਂਕਿ ਪੈਂਟਰੀ ਕਾਰ ਤੁਹਾਨੂੰ ਪਤਾ ਵਾ ਕਿੱਦਾਂ ਦੀ ਮਿਲਦੀ ਹੈ ਚੀਜ਼, ਬਹੁਤ ਬੇਕਾਰ ਚੀਜ਼ ਮਿਲਦੀ ਆ। ਅਤੇ ਇੱਥੇ ਦੇਖੋ ਧੁੱਪ ਲੱਗੀ ਹੋਈ ਪੂਰੀ, ਤੁਹਾਨੂੰ ਸ਼ਾਇਦ ਵੀਡੀਓ 'ਚ ਨਾ ਦੇਖ ਰਿਹਾ ਹੋਵੇ ਪਰ ਧੁੱਪ ਲੱਗੀ ਹੋਈ ਆ ਦੇਖੋ ਪੂਰੀ। ਮਿਲਣਾ ਵਾ ਤੁਹਾਨੂੰ ਕਾਨਪੁਰ ਸੈਂਟਰ ਜਾ ਕੇ, ਕਾਨਪੁਰ ਇੱਥੋਂ ਰਹਿ ਗਿਆ ਵਾ ਸਿਰਫ 60 ਕਿਲੋਮੀਟਰ, ਅਤੇ ਟ੍ਰੇਨ ਚੱਲਦੀ ਆ 2 ਘੰਟੇ 10 ਮਿੰਟ ਲੇਟ, ਪਹਿਲਾਂ ਤਾਂ 2 ਘੰਟੇ 20 ਮਿੰਟ ਲੇਟ ਸੀਗੀ, ਬਸ 10 ਮਿੰਟ ਹੀ ਕਵਰ ਕਰ ਪਾਈ ਆ ਸਵੇਰ ਦੀ। ਦਿੱਲੀ ਵੀ 1 ਘੰਟਾ 10 ਮਿੰਟ ਲੇਟ ਪਹੁੰਚੀ ਸੀਗੀ, ਹੁਣ ਕਾਨਪੁਰ 2 ਘੰਟੇ 10 ਮਿੰਟ ਲੇਟ ਵਿਖਾ ਰਹੀ ਆ। ਮੈਂ ਮਿਲਦਾ ਤੁਹਾਨੂੰ ਹੁਣ ਕਾਨਪੁਰ ਸੈਂਟਰਲ ਜਾ ਕੇ। ਹਾਂਜੀ ਗਾਇਸ, ਮੈਂ ਪਹੁੰਚ ਚੁੱਕਿਆ ਵਾਂ ਕਾਨਪੁਰ ਸੈਂਟਰ, ਇੱਥੇ ਮੈਂ ਲੈਂਦਾ ਵਾਂ ਕੁਛ ਖਾਣ ਨੂੰ ਕਿਉਂਕਿ ਭੁੱਖ ਬਹੁਤ ਲੱਗੀ ਹੈ, ਪਹਿਲੀ ਤੋਂ ਦਸਹਿਰੇ ਨਿਕਲ ਗਈ ਬਿਰਿਆਨੀ, ਤਾਂ ਹੁਣ ਵੇਖਦਾ ਵਾਂ ਇੱਥੇ ਕੁਛ ਖਾਣ ਨੂੰ। ਵੈਸੇ ਇੱਥੇ ਵੀ ਇਹੀ ਬਿਰਿਆਨੀ ਬਰਿਆਨੀ ਹੈਗਾ ਵਾ, ਪਰ ਇੱਥੇ ਦੀ ਬਿਰਿਆਨੀ 'ਚ ਬਹੁਤ ਸਵਾਦ ਹੁੰਦੀ। ਮੈਂ ਲਾਸਟ ਟਾਈਮ ਖਾਧੀ ਜਦੋਂ ਲਾਸਟ ਟਾਈਮ ਹਾਵੜਾ ਤੋਂ ਮੈਂ ਆਇਆ ਸੀਗਾ 2nd AC ਦੇ ਵਿੱਚ, ਉਦੋਂ ਮੈਂ ਖਾਧੀ ਸੀ ਇੱਥੇ ਕਾਨਪੁਰ ਤੋਂ ਬਿਰਿਆਨੀ, ਬਹੁਤ ਸਵਾਦ ਬਣੀ ਹੋਈ, ਅਤੇ ਉਹੀ ਲੈਣ ਲੱਗਾ ਹੁਣ ਮੈਂ। ਹਾਂਜੀ ਯਾਰ, ਉਦੋਂ ਬਿਰਿਆਨੀ ਖਾ ਲਈ ਸੀਗੀ, ਬਿਰਿਆਨੀ ਵੀ ਟੇਸਟੀ ਸੀ, ਅਤੇ ਹੁਣ ਮੈਂ ਪਹੁੰਚ ਗਿਆ ਇਲਾਹਾਬਾਦ, ਅਤੇ ਇਲਾਹਾਬਾਦ ਖਾਧੇ ਸਮੋਸੇ ਆ ਵਾਲੇ। ਖਾ
ਉਹਨੇ ਮਿਰਜ਼ਾਪੁਰ ਲੰਘਿਆ ਵਾ ਅਤੇ ਉਹਨੇ ਸਫਾਈ ਵੀ ਕਰਕੇ ਗਏ ਅਤੇ ਲੋਕਾਂ ਨੂੰ ਪਤਾ ਨਹੀਂ ਕੀ ਗੱਲ ਹੈ, ਸਫਾਈ ਨਹੀਂ ਰਹਿਣ ਦੇ ਨਹੀਂ ਸਫਾਈ ਦਾ ਉਹੀ ਬੁਰਾ ਹਾਲ ਕਰ ਦਿੰਦੇ ਆ ਵੇਖੋ ਗੈਸ ਸਟੇਸ਼ਨ ਦੇ ਵਿੱਚ। ਸਾਰੇ ਮਤਲਬ ਕਿ ਹੁਣੇ ਸਫਾਈ ਕਰਕੇ ਗਏ ਤਾਂ ਵਿੱਚ ਗੱਲਬਾਤ ਆ ਜਾਂ ਫਿਰ ਇਹਨਾਂ ਦਾ ਗੱਲ ਬੋਲਦੇ ਆ ਨਾ ਭਾਈ ਜੀ ਤਾਂ ਪਤਾ ਨਹੀਂ ਕੀ ਗੱਲ ਹੈ ਇਹਨਾਂ ਨੂੰ। ਉਹ ਹੁਣੇ ਕੱਲ੍ਹ ਸਫਾਈ ਕਰਕੇ ਗਏ, ਪਹਿਲਾਂ ਉਹਨਾਂ ਨੇ ਇਟੋਵਾ ਜੰਕਸ਼ਨ ਦੇ ਲਾਗੇ ਜਿਹੜੀ ਸਫਾਈ ਕੀਤੀ ਉਦੋਂ ਵੀ ਗੰਦ ਪਾਤਾ, ਹੁਣ ਇਲਾਹਾਬਾਦ ਜੰਕਸ਼ਨ ਦੇ ਲਾਗੇ ਸਫਾਈ ਕਰਕੇ ਗਏ ਉਦੋਂ ਵੀ ਪਾਤਾ ਵਾ, ਪਤਾ ਨਹੀਂ ਕੀ ਗੱਲ ਹੈ ਇਹਨਾਂ ਨੂੰ। ਚਲੋ ਹੁਣ ਮਿਲਦੇ ਹਾਂ ਥੋੜ੍ਹੀ ਦੇਰ ਤੱਕ, ਮੈਂ ਲੱਗਾ ਫਿਰ ਤਾਂ ਸੌਣ ਟਾਈਮ ਹੋ ਗਿਆ ਵਾ, 8:45 ਹੋ ਗਏ ਆ ਅਤੇ ਹੁਣ ਨੀਂਦ ਆਉਂਦੀ, ਹੁਣ ਮਿਲਾਂਗੇ ਸਵੇਰੇ ਹਾਵੜਾ ਪਹੁੰਚ ਕੇ। ਭਾਈ ਸਾਹਿਬ ਹੁਣੇ ਬਹੁਤ ਸੀਨ ਹੋਇਆ, ਮਿਰਜ਼ਾਪੁਰ ਟ੍ਰੇਨ ਸੀਗੀ 1 ਘੰਟਾ 15 ਮਿੰਟ ਲੇਟ ਅਤੇ ਮੁਗਲ ਸਰਾਏ ਟ੍ਰੇਨ ਪਹੁੰਚੀ ਹੈ ਪੂਰੇ 10 ਮਿੰਟ ਰਾਈਡ, ਮਤਲਬ ਕਿ 65 ਕਿਲੋਮੀਟਰ ਦੇ ਵਿੱਚ 1 ਘੰਟਾ 15 ਮਿੰਟਾਂ ਦਾ ਜਿਹੜਾ ਸੀਗਾ ਕਵਰ ਕਰ ਲਿਆ ਪੂਰਾ ਲੇਟ ਦਾ। ਮੈਂ ਨਾ 117 ਦੀ ਸਪੀਡ 'ਤੇ ਜਿੰਨੀ ਜੇ ਸ਼ਤਾਬਦੀ ਜਾਂਦੀ ਹੈ, ਅੱਜ ਰਿਕਾਰਡ ਤੋੜ ਤਾਂ ਕਾਲਕਾ ਮੇਲ ਨੇ, ਤਾਂ ਹੁਣ ਤੁਰ ਪਈ ਆ ਇੱਥੋਂ। ਹੁਣ ਅਗਲਾ ਪਤਾ ਨਹੀਂ ਕਿਹੜਾ ਸਟੇਸ਼ਨ ਆ, ਮੈਂ ਲੱਗਾ ਸੌਣ, ਹੁਣ ਮਿਲਦੇ ਹਾਂ ਤੁਹਾਨੂੰ ਸਵੇਰੇ। ਨੈਕਸਟ ਮਾਰਨਿੰਗ, ਗੁੱਡ ਮਾਰਨਿੰਗ ਗਾਈਸ, ਵੱਜ ਗਿਆ ਸਵੇਰੇ 6:30 ਅਤੇ ਮੈਂ ਪਹੁੰਚ ਗਿਆ ਵਰਧਮਾਨ ਜੰਕਸ਼ਨ, ਇੱਥੋਂ 1 ਘੰਟੇ ਦਾ ਰਾਹ ਰਹਿ ਗਿਆ ਸਾਰਾ। ਮੈਂ ਮਿਲਦਾ ਵਾਂ ਤੁਹਾਨੂੰ ਹਾਵੜਾ ਜੰਕਸ਼ਨ ਜਾ ਕੇ, ਉੱਥੋਂ ਫਰੈਸ਼ ਫਰੁਸ਼ ਹੋਊਂਗਾ, ਫਿਰ ਗਾੜੀ ਦੇ ਸਿਆਲਾ ਜਾਊਂਗਾ, ਸਿਆਲਾ ਤੋਂ ਟ੍ਰੇਨ ਫੜੂੰਗਾ ਚੱਕਦਾ ਵਾਲੀ, ਮਿਲਦੇ ਹਾਂ ਹਾਵੜਾ ਜੰਕਸ਼ਨ। ਪਹਿਲੀ ਗੱਲ ਮੈਂ ਪਹੁੰਚ ਚੁੱਕਿਆ ਵਾਂ ਹਾਵੜਾ, ਅਤੇ ਇਹ ਸਾਹਮਣੇ ਰਿਹਾ ਹਾਵੜਾ ਬ੍ਰਿਜ, ਅਤੇ ਇੱਥੋਂ ਮੈਂ ਹੁਣ ਪੀਣ ਲੱਗਾ ਵਾਂ ਚਾਹ, ਫਿਰ ਵੇਖਦਾ ਵਾਂ ਸਿਆਲਦਾ ਦੀ ਬੱਸ, ਕਿਉਂਕਿ ਅੱਗੇ ਬਹੁਤ ਲੇਟ ਹੋ ਗਿਆ ਵਾ। ਬਈਆ ਚਾਹ ਦੇਣਾ ਇੱਕ ਹੋਰ, ਸਿਆਲਦਾ ਨਹੀਂ ਟ੍ਰੇਨਾਂ ਭਰੀਆਂ ਹੁੰਦੀਆਂ ਵਾ ਇੱਥੇ, ਜਿੱਦਾਂ ਅੰਮ੍ਰਿਤਸਰ ਪਿਆਰ ਵਾਲਿਆਂ ਨੂੰ, ਰੋਬਨ ਵਾਲਿਆਂ ਨੂੰ, ਜਿਵੇਂ ਜਲੰਧਰ ਨੂੰ ਬੱਸਾਂ ਜਾਂਦੀਆਂ, ਉਹਨਾਂ ਦੇ ਵਿੱਚ ਭੀੜ ਹੁੰਦੀ ਨਾ, ਪੂਰੀਆਂ ਭਰੀਆਂ ਹੁੰਦੀਆਂ ਵਾ, ਇੱਦਾਂ ਵੀ ਇੱਥੇ ਲੋਕਲ ਟ੍ਰੇਨਾਂ ਵਿੱਚ ਭੀੜ ਹੁੰਦੀ ਆ। ਪਹਿਲੀ ਗਾਈਸ ਮੈਂ ਪਹੁੰਚ ਚੁੱਕਿਆ ਵਾਂ ਚੱਕ ਦਾ, ਮੈਂ ਇੱਥੇ ਪਹੁੰਚ ਗਿਆ ਗਾ ਤਕਰੀਬਨ 11:30 ਵਜੇ। ਇਸ ਵੀਡੀਓ ਨੂੰ ਕਰਦੇ ਹੁਣ ਇੱਥੇ ਹੀ ਖਤਮ, ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦਾ ਲੱਗਿਆ। ਮੈਂ ਮਿਲਦਾ ਤੁਹਾਡੇ ਨਾਲ ਅਗਲੇ ਵਲੌਗ ਵਿੱਚ।